ਭਗਵੰਤ ਪਣ ਲਗਾਤਾਰ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤਾ ਕਰ ਰਹੇ ਨੇ ਬੀਤੇ ਦਿਨ ਉਹਨਾਂ ਨੇ ਗ੍ਰਹਿ ਮੰਤਰੀਆਂ ਵਿੱਚ ਛਾਣਾ ਮੁਲਾਕਾਤ ਕੀਤੀ ਹੁਣ ਉਹਨਾਂ ਨੇ ਪਿਊਸ਼ ਗੋਇਲ ਦੇ ਨਾਲ ਮੁਲਾਕਾਤ ਕੀਤੀ ਰੋਸ ਜਿਹਾ ਛਾੜ ਰਹੇ ਨੇ ਦਬਾਅ ਪਾ ਰਹੇ ਨੇ ਕਿ ਜਿਹੜੇ ਸਾਡੇ ਫੰਡ ਬਣਦੇ ਨੇ ਸਾਨੂੰ ਦੇ ਦਿਓ ਸੁਪਲੀਨ ਅਸੀਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਪੰਜਾਬ ਦੇ ਖਜ਼ਾਨੇ ਜਿਹੜੇ ਨੇ ਉਹ ਖਾਲੀ ਹੋ ਜਾਣਗੇ ਇਹ ਅਕਾਲੀ ਦਲ ਵਾਲਿਆਂ ਦਾ ਕਹਿਣਾ ਹੈ ਆਮ ਆਦਮੀ ਪਾਰਟੀ ਵਾਲੇ ਦਿਵਾਲੀਆ ਕਰ ਦੇਣਗੇ ਤੇ ਅਸੀਂ ਇੱਕ ਫੰਡ ਦੀ ਗੱਲ ਕਰਦੇ ਹਾਂ ਇਹ ਹੈ ਦਿਹਾਤੀ ਵਿਕਾਸ ਫੰਡ ਰੂਰਲ ਡਿਵੈਲਪਮੈਂਟ ਫੰਡ ਜਾਂ ਮੰਡੀ ਡਿਵੈਲਪਮੈਂਟ ਫੰਡ ਰਾ ਮੰਡੀ ਵਿਕਾਸ ਫੰਡ ਹੈ ਉਹ ਥੋੜਾ ਤੇ ਰੂਰਲ ਡਵੈਲਪਮੈਂਟ ਫੰਡ ਬਹੁਤ ਹੈ ਜਦੋਂ ਕੋਈ ਮੈਂ ਇਸ ਦਾ ਰੌਲਾ ਰੱਪਾ ਜਾਂ ਸੁਣ ਰਿਹਾ ਨਾ ਕਿ ਇਹ ਚਲੋ ਫੰਡ ਦਾ ਤਾਂ ਪਤਾ ਹੈ ਕਿ ਫੰਡ ਹੁੰਦਾ ਹੈ ਜੀ ਤੇ ਮੰਡੀਆਂ ਦੇ ਵਿੱਚ ਜਿਹੜੇ ਖਰੀਦ ਦੇ ਸੀਜ਼ਨ ਹੁੰਦੇ ਨੇ ਉਹਨਾਂ ਵਿੱਚੋਂ ਪ੍ਰਾਈਸ ਦੇ ਹਿਸਾਬ ਨਾਲ ਉਹਨਾਂ ਤੇ ਪਰਸੈਂਟੇਜ ਲਾ ਕੇ ਕੇਂਦਰ ਸਰਕਾਰ ਕੋਲ ਜਮਾ ਹੁੰਦਾ ਤੇ ਫਿਰ ਵਾਪਸ ਜਿਹੜਾ ਹੈ ਉਹ 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 ਜਿਹੜੇ ਖਾਸ ਕੰਮਾਂ ਵਾਸਤੇ ਰੂਰਲ ਦਿਹਾਤੀ ਕੰਮਾਂ ਵਾਸਤੇ ਉਹ ਖਰਚਾ ਜਾਂਦਾ ਉਹ ਕੇਂਦਰ ਸਰਕਾਰ ਵਾਪਸ ਕਰਦੀ ਹੈ ਕਰਦੀ ਵੀ ਰਹੀ ਹੈ ਹੁਣ ਤੱਕ ਵੱਡੇ ਪੱਧਰ ਤੇ ਕੀਤਾ ਗਿਆ ਮੈਂ 5-600 ਕਰੋੜ ਤੋਂ ਇਸ ਦੀ ਗੱਲ ਮੈਂ ਸੁਣਦਾ ਆ ਰਿਹਾ ਉਹ ਹੌਲੀ-ਹੌਲੀ 1200 ਕਰੋੜ 1500 ਕਰੋੜ 2800 ਕਰੋੜ ਤੇ ਹੁਣ 3095 ਕਰੋੜ ਤੱਕ ਗੱਲ ਆ ਪਈ ਹੈ 3095 ਕਰੋੜ ਦੀ ਇਹ ਰਕਮ ਇਸ ਵੇਲੇ ਕੇਂਦਰ ਨੇ ḍakki ਹੋਈ ਹੈ ਪੰਜਾਬ ਦੀ 2021-22 22-23 ਤੇ ਇਹ ਜਿਹੜੇ ਹੁਣ ਦੇ ਜਿਹੜੇ ਸੀਜ਼ਨ ਨੇ ਇਹਨਾਂ ਦੇ 2880 ਕਰੋੜ ਰੁਪਏ ਰੂਰ ਡਿਵੈਲਪਮੈਂਟ ਫੰਡ ਦੇ ਤੇ 215 ਕਰੋੜ ਰੁਪਏ ਦੇ ਨੇ ਮੰਡੀ ਵਿਕਾਸ ਡਵੈਲਪਮੈਂਟ ਫੰਡ ਦੇ ਜਿਹੜੇ ਨੇ ਓਕੇਦਰ ਸਰਕਾਰ ਕੋਲ ਪਏ ਨੇ। ਭਗਵੰਤ ਮਾਨ ਸਾਹਿਬ ਦਿੱਲੀ ਦੀ ਤੌਰੇ ਤੇ ਨੇ ਅਮਿਤ ਸ਼ਾਹ ਨੂੰ ਮਿਲੇ ਨੇ ਤੇ ਹੁਣ ਉਹ ਪੀਸ਼ ਗੋਲ ਜਿਹੜੇ ਨੇ ਜਨਤਕ ਵੰਡ ਖਪਤਕਾਰ ਮਾਮਲੇ ਖੁਰਾਕ ਇਹਨਾਂ ਮਾਮਲਿਆਂ ਦੇ ਉਹ ਮੰਤਰੀ ਨੇ ਤੇ ਪੀਸ਼ ਗੋਲ ਨੂੰ ਮਿਲ ਕੇ ਉਹਨਾਂ ਨੇ ਮੰਗ ਕੀਤੀ ਕਿ ਸਾਡੇ ਫੰਡ ਦੇ ਦਿਓ ਜੀ। ਫੰਡ ਟਕੇ ਹੋਏ ਨੇ ਤਕਨੀਕੀ ਕਾਰਨ ਨੇ। ਹੋਇਆ ਕੀ ਹੈ? ਜਿਹੜੇ ਹੁਣ ਕਹਿ ਰਹੇ ਨੇ ਕਿ ਪੰਜਾਬ ਦੇ ਖਜ਼ਾਨੇ ਖਾਲੀ ਹੋ ਜਾਣਗੇ ਤੇ ਪੰਜਾਬ ਸਰਕਾਰ ਕੋਈ ਵਿਕਾਸ ਤੇ ਕੰਮ ਨਹੀਂ ਕਰ ਰਹੀ। ਉਹਨਾਂ ਨੇ ਆਪਣੇ ਸੰਗਤ ਦਰਸ਼ਨਾ ਤੇ ਇਹ ਫੰਡ ਖਰਚ ਦਿੱਤੇ ਜਦੋਂ ਕੇਂਦਰ ਕੋਲੋਂ ਆਉਂਦੇ ਸੀ ਜੀ ਜੀ ਜਦ ਕਿ ਇਹਨਾਂ ਫੰਡਸ ਨੂੰ ਜਿਹੜਾ ਸਟ੍ਰਿਕਟਲੀ ਉਹ ਸਖਤ ਹੋ ਕੇ ਪੰਜਾਬ ਦੇ ਦਿਹਾਤੀ ਏਰੀਆ ਤੇ ਖਰਚ ਕੀਤਾ ਜਾਣਾ ਸੀ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੁਝ ਉਹਨਾਂ ਸਕੀਮਾਂ ਤੇ ਖਰਚੇ ਜਿਨ੍ਹਾਂ ਦਾ ਇਸ ਵਿੱਚ ਜ਼ਿਕਰ ਨਹੀਂ ਸੀ ਕੇਂਦਰ ਸਰਕਾਰ ਇਸ ਗੱਲ ਤੋਂ ਖਫਾ ਹੈ ਕਿ ਜਿਨ੍ਹਾਂ ਕੰਮਾਂ ਵਾਸਤੇ ਇਹ ਫੰਡ ਦਿੱਤੇ ਜਾਂਦੇ ਨੇ ਉਹਨਾਂ ਵਾਸਤੇ ਨਹੀਂ ਖਰਚੇ ਜਾਂਦੇ ਇਨਾਂ ਨੂੰ ਹੋਰ ਹੋਰ ਕੰਮਾਂ ਤੇ ਲਾ ਦਿੱਤਾ ਜਾਂਦਾ। ਸੋ ਉਹ ਲਾਉਣ ਦੇ ਨਾਲ ਉਹਨਾਂ ਨੇ ਫਿਰ ਸ਼ਰਤਾਂ ਲਾ ਦਿੱਤੀਆਂ ਪਹਿਲਾਂ ਤੁਸੀਂ ਪਿਛਲਾ حساب ਦਿਓ ਕਿੱਥੇ ਕਿੱਥੇ ਖਰਚੇ ਨੇ ਤੇ ਪਹਿਲਾਂ ਕਾਨੂੰਨ ਬਣਾਓ ਤੇ ਸਾਨੂੰ ਦੱਸੋ ਕਿ ਇਹ ਫੰਡ ਕਿੱਥੇ ਖਰਚਣੇ ਨੇ। ਤੇ ਇਸ ਇਸ ਲਈ ਤੁਸੀਂ ਇੱਕ ਸਾਨੂੰ ਜਿਹੜਾ ਪੂਰਾ ਇੱਕ ਪਲਾਨ ਤਿਆਰ ਕਰਕੇ ਦਿਓ। ਤੇ ਭਗਵੰਤ ਮਾਨ ਸਰਕਾਰ ਨੇ ਸਰਕਾਰ ਬਣਨ ਤੋਂ ਬਾਅਦ April ਮਹੀਨੇ ਤੱਕ ਉਹ ਪਲਾਨ ਵਗੈਰਾ ਸਭ ਕੁਝ ਜਿਹੜਾ ਸੀ ਸੋਧ ਕਰਕੇ ਉਸ ਵਿੱਚ ਬਿੱਲ ਦੇ ਵਿੱਚ ਉਹ ਦਿੱਤਾ ਪਰ ਫੰਡ ਅਜੇ ਤੱਕ ਨਹੀਂ ਮਿਲਿਆ 3000 ਕਰੋੜ ਥੋੜਾ ਨਹੀਂ ਹੁੰਦਾ। ਪਿੰਡਾਂ ਦਾ ਸੜਕਾਂ ਦਾ ਨੈਟਵਰਕ ਮੰਡੀਆਂ ਦਾ ਬੁਨਿਆਦੀ ਢਾਂਚਾ ਸਟੋਰੇਜ ਸਹੂਲਤਾਂ ਕੋਈ ਜ਼ਮੀਨ ਦਾ ਰਿਕਾਰਡ ਕੰਪਿਊਟਰਿਕਨ ਸਾਰਾ ਕੁਝ ਮੰਡੀਆਂ ਦਾ ਮਸ਼ੀਨੀ ਕਰਨ ਇਸੇ ਫੰਡਸ ਦੇ ਨਾਲ ਹੋਣਾ ਹੈ ਭਾਈ ਤੇ ਜੇ ਇਸ ਨੂੰ ਪਹਿਲਾਂ ਕਿਸੇ ਹੋਰ ਕੰਮ ਵਾਸਤੇ ਖਰਚਿਆ ਗਿਆ ਤੇ ਉਹਦਾ ਵਿਰੋਧੀ ਤਰ੍ਹਾਂ ਜਵਾਬ ਤੇ ਦੇਣ ਕੈਪਟਨ ਅਮਰਿੰਦਰ ਸਿੰਘ ਜੇ ਪੰਜਾਬ ਵਿੱਚ ਉਹਨਾਂ ਨੇ ਵੀ ਫੰਡ ਕੋਈ ਅੱਗੇ ਪਿੱਛੇ ਖਰਚ ਲਏ ਨੇ ਜਾਂ ਨਹੀਂ ਵੀ ਖਰਚੇ ਤੇ ਕੇਂਦਰ ਵਿੱਚ ਉਹਨਾਂ ਦੀ ਆਪਣੀ ਸਰਕਾਰ ਹੈ ਇਸ ਵੇਲੇ ਭਾਜਪਾ ਦੇ ਵੱਡੇ ਆਗੂਆਂ ਦੇ ਵਿੱਚ ਉਹਨਾਂ ਦਾ ਨਾਮ ਹੈ ਉਹ ਫੰਡਸ ਕਿਉਂ ਨਹੀਂ ਲੈ ਕੇ ਦਿੰਦੇ ਪਹਿਲਾਂ ਤਾਂ ਇਹ ਆਖਿਆ ਜਾ ਰਿਹਾ ਸੀ ਕਿ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਫੰਡ ਜਾਰੀ ਨਹੀਂ ਕੀਤੇ ਜਾਣਗੇ ਤੇ ਪੰਜਾਬ ਸਰਕਾਰ ਦਾ ਸਕਰੂ ਟਾਈਟ ਕਰਕੇ ਰੱਖਿਆ ਜਾਵੇਗਾ। ਖੈਰੇ ਉਪਰੀਆਂ ਗੱਲਾਂ ਹੁੰਦੀਆਂ ਨੇ ਜੇ ਤਕਨੀਕੀ ਤੌਰ ਤੇ ਕੋਈ ਸਮੱਸਿਆ ਹੈ ਉਹਦਾ ਜਵਾਬ ਦਿੱਤਾ ਜਾਵੇ ਨਹੀਂ ਤੇ ਪੰਜਾਬ ਦੇ ਉਹ ਆਗੂ ਪੁਰਾਣੇ ਜਵਾਬ ਦੇਣ ਕਿ ਅਸੀਂ ਕਿੱਥੇ ਕਿੱਥੇ ਕੋਤਾਈਆਂ ਕੀਤੀਆਂ ਨੇ ਜਿਸ ਕਰਕੇ ਪੰਜਾਬ ਦਾ ਪੈਸਾ ਰੁਕਿਆ ਪਿਆ ਤੇ ਪੈਸਾ ਪੰਜਾਬ ਨੂੰ ਵਾਪਸ ਮਿਲਣਾ ਚਾਹੀਦਾ।